ਕਿਵੇਂ ਆ ਜਾ, ਸਿਮ ਤਾਂ ਲੈਂਦੇ ਹਾਂ, ਮੈਂ ਵੀ ਲੈਣਾ ਗਾ। ਓਏ ਐਂ ਨਹੀਂ ਲੜਾਈ ਪੈਣ ਦਿੰਦੇ ਭਰਾਵਾ, ਅਸੀਂ ਐਂ ਲੜਾਈ ਪੈਣੀਆਂ ਹੁੰਦੀਆਂ ਬਥੇਰੀਆਂ ਪੈ ਜਾਂਦੀਆਂ ਅੱਜ ਨੂੰ। ਅਸੀਂ ਕਰਕੇ ਦਿਖਾਉਣਾ ਕਰਦੇ ਹਾਂ ਨਾ, ਉਹ ਨਹੀਂ ਹੁੰਦਾ ਗਾ। ਆ ਬੇਨਤੀ ਕੀਤੀ ਜਾਂਦੀ ਆ ਪਿੰਡ ਕੋਠਾ ਗੁਰੂ ਰਮਾਣਿਆਂ ਦਾ ਅਗਵਾੜ ਜੋ ਕਿ ਟਰਾਂਸਫਾਰਮ ਗਲਤ ਰੱਖਿਆ ਗਿਆ ਧਰਮਸਾਨ ਦੇ ਮੂਹਰੇ, ਉਸ ਸੰਬੰਧ ਦੇ ਵਿੱਚ ਇਕੱਠ ਹੋਇਆ ਗਾ। ਆਜੋ ਗੱਲਬਾਤ ਕਰਦੇ ਹਾਂ, ਕੀ ਮਾਮਲਾ ਜੀ? ਇਹ ਗਲਤ ਰੱਖਿਆ ਗਿਆ, ਸਾਡੀ ਸਹਿਮਤੀ ਤੋਂ ਬਿਨਾਂ ਰੱਖਿਆ ਗਿਆ ਗਾ। ਇਹ ਤਾਰੇ ਦੇ ਕੰਮ ਆ, ਧੱਕੇ ਨਾਲ ਰਖਾਇਆ ਉਹਨੇ ਆਪਦਾ, ਇੱਥੇ ਪਲਾਟ ਲਿਆ ਗਾ, ਲੱਗਣਾ ਉੱਥੇ ਸੀਗਾ ਇਹ, ਫਿਰ ਉਹਨੇ ਆਪਦੇ ਮੇਰੇ ਪਲਾਟ ਦੇ ਮੂਹਰੇ ਨਾਲ ਲੱਗੇ ਲਿਆ ਕੇ ਅਤੇ ਧਰਮਸਾਲਾ ਦੇ ਨਾਲ ਰੱਖਤਾ। ਸਾਡੇ ਇੱਥੇ ਬੰਦੇ ਸੀਗੇ ਸਿਆਣੇ, ਅਤੇ ਉਹਨਾਂ ਨੂੰ ਪੁਲਿਸ ਦਾ ਧਮਕਾ ਕੇ ਅਤੇ ਉਹਨਾਂ ਤੋਂ ਧੱਕੇ ਨਾਲ ਇੱਥੇ ਰੱਖਤਾ। ਅਸੀਂ ਖੇਤਾਂ 'ਚ ਕੰਮ ਕਰਨ ਗਏ ਵੇ ਸੀਗੇ, ਜਦੋਂ ਅਸੀਂ ਆਏ ਹਾਂਗੇ ਉਦੋਂ ਇੱਥੇ ਟਰਾਂਸਫਾਰਮ ਰੱਖਿਆ ਪਿਆ ਸੀਗਾ, ਉਹਦੇ ਵਿੱਚ ਮੁੜ ਕੇ ਅਸੀਂ ਆ ਕੇ ਇਹਦਾ ਕੰਮ ਰੋਕਿਆ ਗਾ ਅਤੇ ਹੁਣ ਅਸੀਂ ਇੱਥੋਂ ਪਟਾਉਣਾ, ਇੱਥੇ ਅਸੀਂ ਲੱਗਣ ਨਹੀਂ ਦੇਣਾ। ਜਿਹਨੂੰ ਲੋੜ ਆ ਲਾਈਟ ਦੀ ਉਹ ਆਪਦਾ ਜਿੱਥੇ ਮਰਜ਼ੀ ਰਖਾਉਣ, ਸਾਨੂੰ ਇਹਦੇ ਵਿੱਚ ਸਾਨੂੰ ਇਹਦਾ ਕੋਈ ਉਹ ਨਹੀਂ ਗਾ। ਪ੍ਰਧਾਨ ਕੀ ਕਹਿੰਦਾ ਇਸ ਮਸਲੇ ਦੇ ਵਿੱਚ? ਪ੍ਰਧਾਨ ਤਾਂ ਕਹਿੰਦਾ, ਮੈਂ ਇੱਕ ਥਾਪੜ ਦਾ ਕਹਿੰਦਾ ਮੈਂ ਧੱਕੇ ਨਾਲ ਰਖਾ ਦੂੰਗਾ ਅਤੇ ਅਸੀਂ ਰੱਖਣ ਨਹੀਂ ਦਿੰਦੇ, ਕਿ ਜੇ ਸਾਨੂੰ ਕੋਰਟ ਕਚਹਿਰੀ ਵੀ ਜਾਣਾ ਪਿਆ ਅਸੀਂ ਜਾਵਾਂਗੇ। ਕੱਲ ਲੰਘ ਗਿਆ ਨਹੀਂ, ਛਿੱਤਰ ਪੇਟ ਵੀ ਹੋ ਜਾਂਦੀ, ਜਿਹੜੇ ਹਿਸਾਬ ਨਾਲ ਭੈਣਾਂ ਦੀਆਂ ਗਾਲਾਂ ਕੱਢੀਆਂ ਸੀ ਪੁਲਿਸ ਵਾਲਿਆਂ ਨੇ, ਸਾਡੀ ਮਦਦ ਕਰੀ ਆ ਪੂਰੀ, ਕੱਲ ਦੀ ਬੇਇੱਜ਼ਤੀ ਬਹੁਤ ਕਰੀ ਆ, 2 ਲੀਟਰ ਹੁੰਦਾ ਮਰ ਜਾਂਦਾ ਬੰਦਾ ਜੀ। ਜੇ ਧੱਕੇ ਨਾਲ ਰਖਾਉਂਦਾ ਕੀ ਆਉਣ ਵਾਲੇ ਦਿਨਾਂ 'ਚ ਕੀ ਕਰ ਰਹੇ ਹਾਂ ਤੁਸੀਂ? ਅਸੀਂ ਪਟਾਵਾਂਗੇ ਸਾਰੇ ਸਸਪੈਂਡ, ਸਾਡੇ ਨਾਲ ਸਹਿਮਤ ਆ, ਅਖਬਾਰ ਸਾਡਾ ਨਾਲ ਆ ਦੋਨੇ। ਆ ਅਖਬਾਰ ਦੇ ਵਿੱਚ ਕੋਠਾ ਗੁਰੂ ਦਾ ਵਿੱਚ ਧੱਕਾ ਹੋ ਰਿਹਾ, ਪ੍ਰਧਾਨ ਤਾਰਾ ਸਿੰਘ ਗਲਤ ਕੰਮ ਕਰ ਰਿਹਾ, ਸਾਰੇ ਪਿੰਡ ਅਖਬਾਰ ਇਕੱਠਾ ਹੋਇਆ ਗਾ। ਇਸ ਮਸਲੇ ਦੇ ਵਿੱਚ ਬਲਕਾਰ ਸਿੱਧੂ ਨੂੰ ਬੇਨਤੀ ਆ ਕੋਈ ਹੱਲ ਕੀਤਾ ਜਾਵੇ, ਗਵਾੜ ਬਹੁਤ ਦੁਖੀ ਆ, ਇਸ ਇੱਥੇ ਲੜਾਈ ਹੋਣ ਦਾ ਚਾਂਸ ਹੈਗਾ। ਬੇਨਤੀ ਕਰਦੇ ਹਾਂ ਬਲਕਾਰ ਸਿੱਧੂ ਨੂੰ ਇਸ ਮਸਲੇ ਦੇ ਵਿੱਚ ਕੋਈ ਸਪਸ਼ਟੀਕਰਨ ਦਿੱਤਾ ਜਾਵੇ।